ਵੇਟ ਕਰੋ ਵੇਟ ਕਰੋ ਹਾਂਜੀ ਅੱਗੇ ਆ ਰਹੋ ਇੱਥੇ ਇੱਥੇ ਆ ਰਹੋ ਅੱਗੇ ਜੀ ਇੱਥੇ ਕੀ ਆ ਰਹੇ ਸਰੋਪੇ ਥੋੜੇ ਅੱਗੇ ਕਰੋ ਕਰ ਲੈਣ ਤੋਂ ਬਾਅਦ ਨੇ ਤੀਹ ਵੀ ਸੈਕਿੰਡ ਵਾਲਾ ਫੋਟੋ ਸਮਾਨ ਦੀ ਆਪਣਾ ਤੁਸੀਂ ਪਕੜਾਓ ਕੁਝ ਮਿਲ ਜਾਂਦੀ ਵੇਟ ਵੇਟ ਕਰਿਆ ਚਾਰਜੀ ਰੱਖੋ ਖੰਡੇ ਦਿਓ ਇਹਨਾਂ ਨੂੰ ਸੈਕਿੰਡ ਦਾ ਸਮਾਨ ਆ ਫੜਾਓ ਹੁੰਦੀ ਨਾ ਆ ਫੜ ਜੱਫੀ ਪਾਓ ਥੋੜ੍ਹਾ ਪੀਸ ਥੋੜ੍ਹਾ ਦੁਪੱਟਾ ਪਿੱਛੇ ਕਰੋ ਥੋੜ੍ਹਾ ਪਿੱਛੇ ਕਰ ਲਓ ਚਲੋ ਬਸ ਲਾਗੇ ਥੋੜ੍ਹਾ ਫੇਸ ਲਾਗੇ ਕਰੋ ਦੇਖੋ ਸਾਹਮਣੇ ਦੇਖੋ ਵੇਟ ਕਰੋ ਹਾਂਜੀ ਇੱਧਰ ਸਾਹਮਣੇ ਦੇਖ ਕੇ ਆਂਟੀ ਜੀ ਹਾਂਜੀ ਵੇਟ ਕਰੋ ਇਹ ਜੀ ਅੱਖਾਂ 'ਚ ਵਰਤੋ ਠੀਕ ਹੈ ਜੀ ਹਾਂਜੀ ਹੋਰ ਲੇਡੀਜ਼ ਨੇ ਕੱਲ੍ਹ ਵੀ ਵਾਰ ਨਹੀਂ ਕਰਦੇ ਜਿੰਨਾ ਹਾਂਜੀ ਹੋਰ ਵੇ ਹੈਗੀ ਮਿਲ ਉੱਥੋਂ ਪਤਾ ਕਰ ਦਿਓ ਬਸ ਚਲੋ ਯਾਰ ਹਾਂਜੀ ਆ ਜਾਓ ਫਾਲੋ ਨਹੀਂ ਨਹੀਂ ਠੀਕ ਹੈ ਜੀ ਉਹੀ ਆ ਲਿੰਕ ਮਗਰੋਂ ਆਉਂਦੀ ਦੁਬਾਰਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਜੀ, ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਆਨੰਦ ਕਾਰਜ ਵਾਸਤੇ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਮਾਤਾ ਪਿਤਾ ਸ਼ਾਮਿਲ ਹੋਣਗੇ। ਉਸ ਤੋਂ ਉਪਰੰਤ ਸਤਿਗੁਰੂ ਜੀ ਤੋਂ ਸ੍ਰੀ ਵਾਹਿਗੁਰੂ ਸਾਹਿਬ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਕਰੇ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਤੇਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸਨ ਪਰਸੈ ਗੁਰੂ ਕੈ ਜਨਮ ਮਰਨ ਮਿਟ ਜਾਏ। ਹੋਵੈ ਸੁਖਤ ਕਸਮ ਦੀ ਲੋੜ ਅਰਸੋਂ ਗੁਰਸੋਂ ਚਤੀਐ ਤੁਧ
ਸਿੱਖੇ ਸੱਚੇ ਪਾਤਸ਼ਾਹ ਮਰ ਜਨਮਾ ਜਨਮ ਦੀ ਕਟੀਐ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਕਰਮ ਧਰਮਾ ਪਖੰਡ ਜੋ ਦਿਸੈ ਤਿੰਨ ਜਾਮਾ ਜਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਾਮਾ ਜਾਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕੁਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਨ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਹਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜਕੀ ਪਰਿਵਾਰ ਨੂੰ ਲੜਕੀ ਦੇ ਪਿਤਾ ਜੀ ਨੂੰ ਬੇਨਤੀ ਹੈ ਪੱਲੇ ਦੀ ਰਸਮ ਕੀਤੀ ਜਾਵੇ ਉਪਰੰਤ ਲੜਕੇ ਪਰਿਵਾਰ ਨੂੰ ਬੇਨਤੀ ਹੈ ਲੜਕੇ ਦਾ ਸਿਹਰਾ ਕਲਗੀ ਵਧਾਈ ਜਾਵੇ ਉਸ ਤੋਂ ਉਪਰੰਤ ਆਨੰਦ ਕਾਰਜ ਦੀ ਰਸਮ ਆਰੰਭ ਹੋਏਗੀ ਲੜਕੀ ਜੀ ਦੇ ਪਿਤਾ ਨੂੰ ਬੇਨਤੀ ਹੈ ਪੱਲੇ ਦੀ ਰਸਮ ਕੀਤੀ ਜਾਵੇ ਲੜਕੇ ਅਤੇ ਲੜਕੀ ਨੂੰ ਬੇਨਤੀ ਹੈ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਆਵੇਗਾ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਮੱਥਾ ਟੇਕ ਕੇ ਪਰਿਕਰਮਾ ਕਰਨੀ ਹੈ ਅਤੇ ਬੈਠਣ ਲੱਗਿਆਂ ਵੀ ਮੱਥਾ ਟੇਕ ਕੇ ਸਤਿਗੁਰੂ ਜੀ ਨੂੰ ਫਿਰ ਬੈਠਣਾ ਹੈ ਇਸੇ ਤਰ੍ਹਾਂ ਆਪ ਜੀ ਨੇ ਚਾਰ ਪਰਿਕਰਮਾ ਕਰਨੀਆਂ ਹਨ ਇਸੇ ਜਗ੍ਹਾ 'ਤੇ ਆਪ ਜੀ ਨੇ ਆਣ ਕੇ ਦੁਬਾਰਾ ਵੀ ਇਸੇ ਜਗ੍ਹਾ 'ਤੇ ਬੈਠਣਾ ਹੈ ਸੋ ਸਮੂਹ ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਸਤਿਗੁਰੂ ਜੀ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਜਿਹੇ ਸਵਾਰ
ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮਾਂ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੁਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸ਼ਬਦ
जाए जन नानक दूजी लाग चलाई जन नानक दूजी लाग चलाई अनाद शब्द बजाए हर दूजड़ी लाग हर तीजड़ी लाग मन चाओ पया बैरागिया बलराम जियो संत जना हर मेल हर पाया वडभागिया बलराम जियो निर्मल हर पाया हर गुण गाया मुख बोली हर बाणी संत जना वडभागी पाया हर कथी है कथ कहानी हिरदय हर 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 तुन उपजी हर जपिए मस्तक भाग जियो जन नानक बोले तीजी लावे हर उपजै मन बैराग जियो जन नानक बोले तीजी लावे हर उपजै मन बैराग जियो हर तीजड़ी ला मन चाओ पया बैरागिया बलराम जियो संत जनार मेल हर पाया बड़ पागिया बलराम जियो निर्मल हर पाया हर गुण गाया मुख बोली हर वाणी संत जनावड पागी पाया कथिये अकथ कहानी संत जनावड पागी पाया हर कथिये अकथ कहानी हृदय हर 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 तोन उपजी हर जपिए मस्तक पाग जियो जन नानक बोले तीजी लावे हर उपजे मन बैराग जियो जन नानक बोले तीजी लावे जन नानक उपजे मन बैराग जियो हर तीजड़ी लाव हर चौथड़ी लाव मन सहज पया हर पाया बलराम जियो गुरमुख मिलिया सुभाए हर मन तन मीठा लाया बलराम जियो हर मीठा लाया मेरे प्रभ पाया अन दिन हर लिव लाई मन चलिया फल पाया स्वामी हर नाम वजी वाधाई हर प्रभ ठाकुर का जर जाया तन हृदय नाम विगासी जन नानक बोले चौथी लावे हर पाया प्रभ अविनाशी जन नानक बोले चौथी लावे हर पाया प्रभ अविनाशी हर चौथड़ी लाव मन सहज पाया हर पाया बलराम जियो गुरमुख मिले आसो पाए हर मन तन मीठा लाया बलराम जियो हर मीठा लाया मेरे प्रभ पाया अन दिन हार ले लाई मन चिंदिया फल पाया स्वामी हर नाम वजी वदाई मन चिंदिया फल पाया स्वामी हर
ਹਰ ਨਾਮ ਵਰਜੀ ਵਰਦਾਈ ਹਰ ਪ੍ਰਭ ਠਾਕੁਰ ਕਾਜਰ ਚਾਇਆ ਤਨ ਹਿਰਦੈ ਨਾਮ ਵਿਗਾਸੀ ਹਰ ਪ੍ਰਭ ਠਾਕੁਰ ਕਾਜਰ ਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚਾਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਜਨ ਨਾਨਕ ਬੋਲੇ ਚਾਥੀ ਲਾਵੇ ਜਨ ਨਾਨਕ ਬੋਲੇ ਚਾਥੀ ਲਾਵੇ ਹਰ ਪਾਇਆ ਸੁਖ ਮਨੋ
ਇੱਕ ਬਹਾਦਰ ਸਿਮਰ ਜਾਏ ਘਰ ਨਾਨਕ ਦਿਆਵੇ ਧਾਏ ਤਾਪ ਸੰਗ ਸਹਾਏ ਸਤਿਮੈ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸੰਗ ਸਹਾਏ ਲਗਾ ਪਾਤਸ਼ਾਹ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਧਿਆਨ ਰਖਾਏ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕਾਏ ਖਾਲਸਾ ਜੀ ਬੋਲੋ ਜੀ ਜਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤਾਏ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜਾਏ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਕੀਤੀ ਚੇਤਾ ਸਵਾਸਾਂ ਨਾਲ ਨਿਭਾਏ ਤਾਂ ਦੀ ਕਮਾਈ ਦਾ ਧਿਆਨ ਕਰਕਾਏ ਖਾਲਸਾ ਜੀ ਬੋਲੋ ਜੀ ਪੰਜਾਂ ਤਹਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕਾਏ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਜਿੱਥੇ ਆਵੇ ਚਿੰਤਾ ਮਨ ਦਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰ ਖਾਲਸਾ ਸਾਹਿਬ ਤਹਾਂ ਤਹਾਂ ਰਸ਼ੀਆਰ ਅਰ ਦੇਖ ਦੇਖ ਫਤਹਿ ਬਿੰਦਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ਦਾਨ ਰਹਿਤ ਦਾਨ ਵਡੇਰ ਦਾਨ ਸਾਵਧਾਨ ਭਰੋਸਾ ਦਾਨ ਡਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਮੁੰਬਈ ਜੁਗੋ ਜੁਗ ਅਟਲ ਧਰਮ ਕਾ ਜਾਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਤੀ ਮਤ ਪਤ ਦਾ ਰਖਾਇਆ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਦਿਤਾਣਿਆਂ ਦੇ ਤਾਣ ਨਿਰਤਿਆਂ ਦੀ ਓਟ ਧੰਨ ਧੰਨ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਰਬੱਤ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਇਹਨਾਂ ਗੁਰਵਾਕਾਂ ਅਨੁਸਾਰ ਕੀਤਾ ਲੋੜੀਏ ਕੰਮ ਸੁਹਾਰ ਪਾਇਆ ਕੀ ਹੈ ਕਾਰਜ ਦਿਓ ਸਵਾਲ ਸਤਿਗੁਰ ਸੱਚ ਸਾਖੀ ਹੈ ਸੰਤਾਂ ਸੰਗਤ ਨਿਧਾਨ ਅੰਮ੍ਰਿਤ ਚਾਖੀ ਹੈ ਹੈ ਭੰਜਨ ਮਿਹਰਬਾਨ ਦਾਸ ਜੀ ਰਾਖੀ ਹੈ ਨਾਮ ਘਰ ਗੁਣ ਗਾਏ ਅਲੱਗ ਪ੍ਰਭ ਲਾਖੀ ਹੈ ਜਿਸਕਾ ਕਾਰਜ ਤਨਹਿ ਕੀਆ ਮਾਨ ਕੀਆ ਵਿਚਾਰਾ ਰਾਮ ਦੇ ਗੁਰਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਕਾਕਾ ਲਵ ਵੀਰ ਸਿੰਘ ਸਪੁੱਤਰ ਸਰਦਾਰ ਚਰਨਜੀਤ ਸਿੰਘ ਬੀਬੀ ਗੁਰਪ੍ਰੀਤ ਕੌਰ ਸਪੁੱਤਰੀ ਸਰਦਾਰ ਜਸਪਾਲ ਸਿੰਘ ਕਾਕਾ ਲਵਵੀਰ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਦਾ ਸੁੱਭ ਆਨੰਦ ਕਾਰਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰਮਰਦਾ ਦਾ ਅਨੁਸਾਰ ਆਰੰਭ ਹੋ ਕੇ ਸੰਪੂਰਨਤਾ ਹੋਈ ਹੈ ਕਿੰਨੇ ਅਰਸੀ ਦੌਰਾਨ ਆਨੰਦ ਕਾਰਜ ਕਰਦਿਆਂ ਰਾਗੀ ਸਿੰਘਾਂ ਕੋਲ ਹਰਦਸ ਕੀਰਤਨ ਕਰਦਿਆਂ ਆਪ ਜੀ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਮਾ ਕਰਨੀ ਅੱਗੇ ਉੱਤੋਂ ਸਮਾਤ ਬਖਸ਼ਿਸ਼ ਕਰਨੀ ਭਾਵਨਾ ਦਾ ਸੁਧ ਸਪਸ਼ਟ ਗੁਰਬਾਣੀ ਪੜ੍ਹ ਸੁਣਦੇ ਸੇਵਾ ਭਾਵਨਾ ਕਰਨ ਦੇ ਬਲ ਬੁੱਧੀ ਬਖਸ਼ਿਸ਼ ਕਰਨੀ ਸੁਭਾਗ ਭਰੀ ਜੋੜੀ ਅਤੇ ਮਿਹਰ ਪ੍ਰਿਆਰਥ ਰੱਖਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਜੇ ਕੌਣ ਸੇਵਾ ਕਰਨ ਦੇ ਬਲ ਤੋਂ ਬਖਸ਼ਿਸ਼ ਕਰਨਾ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਪਲਕਾਂ ਦੇ ਸਾਹਿਤ ਰੁਮਾਲੇ ਧਰਮ ਭੇਟ ਕੀਤੇ ਨਾਲ ਕਾਰ ਕਰਨਾ ਲੋਕ ਵੱਲੋਂ ਪੜਦੇ ਚ ਜੀ ਰੱਖਣਾ ਅੰਗ ਸੰਗ ਸਹਾਈ ਹੋਣਾ ਬੇਅੰਤ ਭੇਟਾ ਮਹਾਰਾਜ ਰੋਈ ਜਿਨ੍ਹਾਂ ਖਜ਼ਾਨਾ ਚੋਂ ਮਾਏ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨਾ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਪੰਚਾ ਕਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਦੇ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਰਤਾਉਣ ਦੀ ਆਗਿਆ ਬਖਸ਼ੇ ਕਰਨੇ
ਪਾਵਨ ਪਿਤ ਹੁਕਮ ਨਾਵੇ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕਰ। ਜੋ ਵੀ ਜੀਵ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ, ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਚ ਵੱਧਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਨ ਧਾਰੀ, ਮੇਰੇ ਸੂਖ ਨਾਮ ਹਰ ਸੁਖ, ਚਿੰਤਾ ਰਹੇ ਹਮਾਰੀ। ਅਗਰ ਨਾ ਸੂਝੇ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਲੇਖੇ ਛੁੱਟ, ਹਮ ਨਿਰਗੁਣ ਲਿਹੋ ਬਾਰੀ। ਤੁਮਰੀ